ਟੀਵੀ ਪ੍ਰੋਗਰਾਮ ਦੇਖਣ ਜਾ ਰਹੇ ਸਾਰੇ ਦਰਸ਼ਕਾਂ ਨੂੰ ਸਿੱਧੂ ਵੱਲੋਂ ਪਿਆਰਤਨਿਕ ਪਰਿ ਸਤਿ ਸ੍ਰੀ ਅਕਾਲ ਤੇ ਅੱਜ ਦੇ ਇਸ ਪ੍ਰੋਗਰਾਮ 'ਤੇ ਨਿੱਘਾ ਸਵਾਗਤ ਜੀ ਆਇਆਂ ਨੂੰ ਉਮੀਦ ਹੈ ਕਿ ਸਵੇਰ ਤੋਂ ਤੁਸੀਂ ਟੀਵੀ 'ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਆਨੰਦ ਲਿਆ ਹੋਵੇਗਾ ਹੁਣ ਵਾਰੀ ਸਿਹਤ ਸੰਭਾਲ ਪ੍ਰੋਗਰਾਮ ਦੀ ਹੈ ਸਿਹਤ ਸੰਭਾਲ ਪ੍ਰੋਗਰਾਮ ਵਿੱਚ ਅਸੀਂ ਸਰੀਰ ਨਾਲ ਸੰਬੰਧਿਤ ਵੱਖ ਵੱਖ ਵਿਸ਼ਿਆਂ ਬਾਰੇ ਗੱਲਬਾਤ ਕਰਦੇ ਹਾਂ ਔਰ ਇਸ ਪ੍ਰੋਗਰਾਮ ਨੂੰ ਤੁਸੀਂ ਬਹੁਤ ਪਸੰਦ ਕਰਦੇ ਹੋ ਕਿਉਂਕਿ ਫੋਨ ਦੇ ਜ਼ਰੀਏ ਵੀ ਅਤੇ ਜਦੋਂ ਤੁਸੀਂ ਕਿਤੇ ਬਾਹਰ ਮੇਲੇ ਮਸਾਵੇ ਜਾਂ ਫਿਰ ਕਿਤੇ ਪਲਾਜ਼ ਦੇ ਵਿੱਚ ਵੀ ਮਿਲਦੇ ਹੋ ਤਾਂ ਤੁਸੀਂ ਜ਼ਰੂਰ ਜ਼ਿਕਰ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਵੇਂ ਤੁਸੀਂ ਜਾਣਦੇ ਹੋ ਕਿ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ ਸਾਨੂੰ ਸਹਿਯੋਗ ਹੋਮਿਓ ਕਲੀਨਿਕ ਦਾ ਸਹਿਯੋਗ ਹਾਸਲ ਹੁੰਦਾ ਹੈ ਸਹਿਯੋਗ ਹੋਮਿਓ ਕਲੀਨਿਕ ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਵਿੱਚ ਸਥਿਤ ਹੈ 145 ਕਲੀਅਰੈਂਸ ਸਟਰੀਟ ਯੂਨਿਟ ਨੰਬਰ 26 ਦੇ ਵਿੱਚ ਤੁਸੀਂ ਪਹੁੰਚ ਸਕਦੇ ਹੋ ਕਿਉਂਕਿ ਇਹ ਵਾਕ ਇਨ ਕਲੀਨਿਕ ਆ ਇਸ ਕਰਕੇ ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਕਿਸੇ ਵੇਲੇ ਤੁਸੀਂ ਜਾ ਸਕਦੇ ਹੋ ਕਿਸੇ ਕਿਸਮ ਦੀ ਜਾਣਕਾਰੀ ਵਾਸਤੇ ਫੋਨ ਨੰਬਰ ਨੋਟ ਕਰਕੇ ਰੱਖਿਓ ਜਦੋਂ ਕਿਤੇ ਲੋੜ ਪੈਂਦੀ ਹੈ ਤਾਂ ਵਰਤ ਸਕਦੇ ਹੋ 647-5516 'ਤੇ ਗੱਲਬਾਤ ਕਰ ਸਕਦੇ ਹੋ ਹਰ ਵਾਰ ਦੀ ਤਰ੍ਹਾਂ ਆਪਣੇ ਨਾਲ ਪ੍ਰੋਗਰਾਮ ਦੇ ਵਿੱਚ ਹਾਜ਼ਰ ਨੇ ਹੋਮਿਓਪੈਥ ਮਾਹਰ ਪਰਮਿੰਦਰ ਕੌਰ ਜੀ ਪਰਮਿੰਦਰ ਜੀ ਜੀ ਆਇਆਂ ਨੂੰ ਸਵਾਗਤ ਹੈ ਜੀ ਥੈਂਕ ਯੂ ਸੋ ਮਚ ਸਿੱਧੂ ਜੀ ਤੁਹਾਨੂੰ ਅਤੇ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਜਿਹੜੀ ਅਸੀਂ ਗੱਲਬਾਤ ਵਿਸ਼ੇ 'ਤੇ ਕਰਨੀ ਹੈ ਉਹ ਹੈ ਜੀ ਪ੍ਰੈਗਨੈਂਸੀ ਬਾਰੇ ਪ੍ਰੈਗਨੈਂਸੀ ਦੇ ਦੌਰਾਨ ਹੋਣ ਵਾਲੀਆਂ ਕੰਪਲੀਕੇਸ਼ਨਸ ਸਾਵਧਾਨੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਇਸ ਪ੍ਰੋਗਰਾਮ ਦੇ ਦੌਰਾਨ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਉਪਜੇ ਤੁਸੀਂ 647-5516 'ਤੇ ਡਾਇਲ ਕਰ ਸਕਦੇ ਹੋ ਮਿੰਦਰ ਜੀ ਕਿਹੜੀਆਂ ਕਿਹੜੀਆਂ ਕੰਪਲੀਕੇਸ਼ਨ ਜਿਹੜੀਆਂ ਨੇ ਉਹ ਬੇਸਿਕਲੀ ਆ ਸਕਦੀਆਂ ਨੇ ਜਾਂ ਫਿਰ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹਨਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਨੋਰਮਲ ਨੇ ਅਤੇ ਕਿਹੜੀਆਂ ਚੀਜ਼ਾਂ ਨੇ ਕਿ ਜਦੋਂ ਸਾਨੂੰ ਫਿਕਰ ਕਰਨਾ ਚਾਹੀਦਾ ਅਤੇ ਸਾਨੂੰ ਡਾਕਟਰ ਦੀ ਜਾਂ ਫਿਰ ਫਿਜੀਸ਼ੀਅਨ ਦੀ ਜਾਂ ਫਿਰ ਮਾਹਿਰ ਦੀ ਸਲਾਹ ਲੈਣੀ ਚਾਹੀਦੀ ਬਹੁਤ ਸਾਰੇ ਇਹੋ ਜਿਹੇ ਸਿਨੈਰੀਓਜ਼ ਨੇ ਸਿੱਧੂ ਜੀ ਜਿਹੜੇ ਕਿ ਵਾਰਨਿੰਗ ਸਾਈਨਸ ਵੀ ਹੈਗੇ ਨੇ ਜਿਹਨਾਂ ਦਾ ਖਿਆਲ ਸਾਨੂੰ ਇਨੀਸ਼ੀਅਲ ਫੇਜ਼ ਫਸਟ ਟ੍ਰਾਮੈਸਟਰ ਸੈਕਿੰਡ ਟ੍ਰਾਮੈਸਟਰ ਜਾਂ ਫਿਰ ਥਰਡ ਟ੍ਰਾਮੈਸਟਰ 'ਚ ਖਿਆਲ ਰੱਖਣ ਦੀ ਜ਼ਰੂਰਤ ਹੈਗੀ ਹੈ ਜੀ ਬਟ ਸਾਰੀਆਂ ਚੀਜ਼ਾਂ ਨੂੰ ਇਨ ਡੀਟੇਲ ਡਿਸਕਸ ਕਰਨਾ ਥੋੜ੍ਹਾ ਔਖਾ ਹੈ ਕੁਛ ਸਭ ਤੋਂ ਜ਼ਿਆਦਾ ਕਾਮਨ ਹੈਲਥ ਇਸ਼ੂਜ਼ ਜਿਹੜੇ ਕਿ ਡਿਊਰਿੰਗ ਪ੍ਰੈਗਨੈਂਸੀ ਅਰਾਈਜ਼ ਹੁੰਦੇ ਨੇ ਬਹੁਤ ਜ਼ਿਆਦਾ ਇਹ ਪਾਏ ਜਾਂਦੇ ਨੇ ਇਹਨਾਂ ਦੇ ਲੱਛਣ ਸਾਨੂੰ ਪਹਿਲਾਂ ਤੋਂ ਦੇਖਣ ਲੱਗਦੇ ਨੇ ਅਤੇ ਸਾਨੂੰ ਇਹਨਾਂ ਦੇ ਸਿਮਟਮਸ ਨੂੰ ਦੇਖਦੇ ਸਾਰ ਰਾਈਟ ਔਨ ਟਾਈਮ ਇਸ ਦਾ ਟ੍ਰੀਟਮੈਂਟ ਕਰਨਾ ਵੀ ਜ਼ਰੂਰੀ ਹੈ ਕਿਉਂਕਿ ਇਹਨਾਂ ਦੀਆਂ ਕੰਪਲੀਕੇਸ਼ਨਸ ਜਾਂ ਇਹਨਾਂ ਦਾ ਐਂਡ ਰਿਜ਼ਲਟ ਕਾਫੀ ਘਿਨਾਉਣਾ ਹੁੰਦਾ ਹੈ ਜੀ ਬਟ ਬਿਫੋਰ ਇਨ ਟੂ ਵੀ ਗੋ ਇਨ ਟੂ ਹੈਲਥ ਡਿਜ਼ੀਜ਼ ਪ੍ਰਾਇਮਰੀ ਤਾਂ ਵੀ ਆਲਰੇਡੀ ਨੋ ਕਿ ਕੋਈ ਵੀ ਚੀਜ਼ ਜਿਹੜੀ ਐਬਨੋਰਮਲ ਲੱਗ ਰਹੀ ਹੈ ਭਾਵ ਤੁਹਾਨੂੰ ਨੋਰਮਲ ਨਹੀਂ ਲੱਗ ਰਹੀ ਉਹਦੇ ਅੰਦਰ ਨੀਂਦ ਦਾ ਡਿਸਟਰਬ ਹੋਣਾ ਵੀ ਹੋ ਸਕਦਾ ਹੈ ਭੁੱਖ ਦਾ ਮਰ ਜਾਣਾ ਵੀ ਹੋ ਸਕਦਾ ਹੈ ਐਕਸੈਸਿਵ ਭੁੱਖ ਲੱਗਣਾ ਵੀ ਹੋ ਸਕਦਾ ਹੈ ਬਹੁਤ ਜ਼ਿਆਦਾ ਵੇਟ ਗੇਨ ਵੀ ਹੋ ਸਕਦਾ ਹੈ ਬਹੁਤ ਜ਼ਿਆਦਾ ਵੇਟ ਲਾਸ ਵੀ ਹੋ ਸਕਦਾ ਹੈਗਾ ਐਨੀਥਿੰਗ ਜਿਹੜੀ ਕਿ ਸਡਨਲੀ ਤੁਹਾਨੂੰ ਤੰਗ ਕਰ ਰਹੀ ਹੈ ਇਹ ਨੋਰਮਲ ਨਹੀਂ ਸੀ ਹੋ ਰਿਹਾ ਹੈਗਾ ਫੀਮੇਲ ਦੇ ਅੰਦਰ ਐਜ਼ ਦਾ ਪ੍ਰੈਗਨੈਂਸੀ ਪ੍ਰੋਗਰੈਸ ਇਹ ਸਾਰੀਆਂ ਚੀਜ਼ਾਂ ਨੂੰ ਵਾਚ ਕਰਨਾ ਇੱਕ ਰੈਗੂਲਰ ਰੂਟੀਨ ਰਜਾਇਮ ਦੇ ਅੰਦਰ ਆ ਜਾਂਦਾ ਹੈਗਾ ਸੋ ਇਹਨਾਂ ਨੂੰ ਵੀ ਧਿਆਨ 'ਚ ਰੱਖਣਾ ਜ਼ਰੂਰੀ ਹੈ ਅਲੋਂਗ ਵਿਦ ਸਾਡੇ ਬਲੱਡ ਵਰਕ ਕੀ ਕਹਿੰਦੇ ਨੇ ਅਤੇ ਸਾਡੇ ਹੋਰ ਲੱਛਣ ਕੀ ਕਹਿੰਦੇ ਨੇ ਜੀ ਸੋ ਪਹਿਲਾਂ ਤਾਂ ਆਪਾਂ ਐਜ਼ ਵੀ ਸੈਡ ਕੇ ਬੇਸਿਕ ਚੀਜ਼ਾਂ ਨੂੰ ਜੇ ਆਪਾਂ ਖਿਆਲ ਰੱਖੀਏ ਤਾਂ ਇਜ਼ ਇੰਪੋਰਟੈਂਟ ਐਟ ਦ ਐਂਡ ਆਫ ਦ ਸ਼ੋ ਵੀ ਆਪਾਂ ਕੁਛ ਬੇਸਿਕ ਚੀਜ਼ਾਂ ਖਾਣ ਪੀਣ ਅਤੇ ਇਹਨਾਂ ਚੀਜ਼ਾਂ ਬਾਰੇ ਗੱਲ ਕਰਾਂਗੇ ਬਟ ਜਦੋਂ ਆਪਾਂ ਪ੍ਰੈਗਨੈਂਸੀ ਦੀ ਕੰਪਲੀਕੇਸ਼ਨਸ ਜਾਂ ਵਾਰਨਿੰਗਸ ਦੇ ਵਿੱਚ ਆ ਜਾਂਦੇ ਹਾਂ ਤਾਂ ਸਾਰਿਆਂ ਤੋਂ ਉੱਤੇ ਆਉਣ ਵਾਲੀ ਜਿਹੜੀ ਕੰਪਲੀਕੇਸ਼ਨ ਆ ਉਹ ਹੈਗੀ ਹੈ ਹਾਈਪਰ ਟੈਂਸ਼ਨ ਦੀ ਪ੍ਰੋਬਲਮ ਜੀ ਸੋ ਭਾਵ ਜ਼ਿਆਦਾ ਬਲੱਡ ਪ੍ਰੈਸ਼ਰ ਫੀਮੇਲ ਦੇ ਅੰਦਰ ਹੋਣ ਨਾਲ ਹੋਣ ਵਾਲੇ ਹੈਲਥ ਇਸ਼ੂਜ ਸੋ ਲੈਟਸ ਟਾਕ ਅਬਾਊਟ ਅ ਫੀਮੇਲ ਉਸ ਲੇਡੀ ਦੀ ਗੱਲ ਕਰਦੇ ਹਾਂ ਕਿ ਜਿਸ ਨੂੰ ਪ੍ਰੈਗਨੈਂਸੀ ਤੋਂ ਪਹਿਲਾਂ ਵੀ ਜਿਹੜਾ ਉਹ ਹਾਈਪਰ ਟੈਂਸ਼ਨ ਸੀ ਸਾਨੂੰ ਖੁਦ ਨੂੰ ਪਤਾ ਹੈ ਕਿ ਜੇ ਤੁਹਾਡਾ ਪ੍ਰੈਸ਼ਰ ਜ਼ਿਆਦਾ ਹੈਗਾ ਅਤੇ ਉਸਦੀਆਂ ਕੰਪਲੀਕੇਸ਼ਨਸ ਕੀ ਨੇ ਉਹ ਤੁਹਾਡੇ ਹਾਰਟ 'ਤੇ ਪ੍ਰੈਸ਼ਰ ਜ਼ਿਆਦਾ ਪਾ ਰਿਹਾ ਤੁਹਾਡੀ ਆਰਟਰੀਜ਼ ਉੱਤੇ ਪ੍ਰੈਸ਼ਰ ਜ਼ਿਆਦਾ ਪੈ ਰਿਹਾ ਜ਼ਿਆਦਾ ਪ੍ਰੈਸ਼ਰ ਹੋਣ ਨਾਲ ਤੁਹਾਡੀਆਂ ਆਰਟਰੀ ਵਾਲ ਦੇ ਉੱਤੇ ਜਿਹੜਾ ਹੈ ਉਹ ਜ਼ਿਆਦਾ ਦਬਾਅ ਹੋਣ ਨਾਲ ਆਰਟਰੀ ਦੀਆਂ ਵਾਲਸ ਅੰਦਰੋਂ ਡੈਮੇਜ ਹੁੰਦੀਆਂ ਨੇ ਜਿਹੜੀਆਂ ਕਿ ਹਾਰਮਫੁਲ ਨੇ ਫਾਰ ਐਨੀਬਡੀਜ਼ ਹੈਲਥ ਅਤੇ ਉਸੇ ਹੀ ਤਰ੍ਹਾਂ ਉਹ ਫੀਮੇਲ ਜਿਸ ਨੂੰ ਕਿ ਹਾਈਪਰ ਟੈਂਸ਼ਨ ਹੈਗੀ ਹੈ ਬਿਫੋਰ ਪ੍ਰੈਗਨੈਂਸੀ ਇਹ ਤਾਂ ਆਲਰੇਡੀ ਇੱਕ ਵਾਰਨਿੰਗ ਸਾਈਨ ਹੈਗਾ ਕਈ ਵਾਰੀ ਇਹ ਹੁੰਦਾ ਹੈਗਾ ਕਿ ਫੀਮੇਲਸ ਡਿਊਰਿੰਗ ਪ੍ਰੈਗਨੈਂਸੀ 15-20 ਵੀਕ ਹੋ ਜਾਣ ਤੋਂ ਬਾਅਦ ਉਹਨਾਂ ਦਾ ਬਲੱਡ ਪ੍ਰੈਸ਼ਰ ਵਧਣ ਲੱਗਦਾ ਹੈਗਾ
अगेन दिस इज़ अ वार्निंग साइन कि जो ब्लड प्रैशर कहने तो भाव हैगा भी जे थोड़ा यू आर प्रैगनेंट तो थोड़ा ये चीज़ों इनिशियली इनिशियल स्टेज तो ही डे वन तो ही वीकली बेसिस पर मोनीटर करना चाहिए, एक चार्ट रखना चाहिए, देखना चाहिए जो ब्लड प्रैशर स्टेबलाइज ही हैगा इको ही तरह रह रहा, यह नहीं हैगा वीकली बेसिस पर एक दो दो पॉइंट उत्ते जा रहा तो वो तुहाडे लई भी ते तुहाडे बच्चे लई भी हार्मफुल हो सकता हैगा। ਇਹ ਤਾਂ ਹੈਗਾ ਕਿ ਜਨਰਲੀ ਜੇ ਮੈਨੂੰ ਆਲਰੇਡੀ ਕਰੋਨਿਕ ਹਾਈਪਰਟੈਂਸ਼ਨ ਸੀ ਜਾਂ ਫਿਰ ਮੈਨੂੰ ਪ੍ਰੈਗਨੈਂਸੀ ਹੋਣ ਤੋਂ 15-20 ਜਿਹੜੇ ਵੀਕ ਹੈਗੇ ਉਸ ਤੋਂ ਬਾਅਦ ਹੌਲੀ ਹੌਲੀ ਜਿਹੜਾ ਇਹ ਸਟੈਪ ਲੈਡਰ ਵਾਂਗੂ ਵੱਧ ਰਿਹਾ ਹੈਗਾ। ਸੋ ਇਹਦੇ ਨਾਲ ਇਸ ਜਗ੍ਹਾ ਦੇ ਅੰਦਰ ਫੀਮੇਲ ਨੂੰ ਜਿਹੜੀਆਂ ਹਾਈਪਰਟੈਂਸਿਵ ਮੈਡੀਕੇਸ਼ਨ ਐਂਟੀ ਹਾਈਪਰਟੈਂਸਿਵ ਦਵਾਈਆਂ ਜਿਹੜੀਆਂ ਦੇ ਕੇ ਮੈਨੇਜ ਕੀਤਾ ਜਾਂਦਾ, ਬਟ ਦੇਰ ਇਜ਼ ਦਾ ਮੋਸਟ ਕੰਪਲੈਕਸ ਅਤੇ ਡੇਂਜਰਸ ਇਸ਼ੂ ਜਿਸ ਨੂੰ ਕਿ ਪ੍ਰੀਏਕਲੈਂਪਸੀਆ ਕਿਹਾ ਜਾਂਦਾ, ਬਲੱਡ ਪ੍ਰੈਸ਼ਰ ਨਾਲ ਜੁੜਿਆ ਅਤੇ ਸਿਰਫ ਪ੍ਰੈਗਨੈਂਸੀ ਨਾਲ ਹੀ ਜੁੜਿਆ ਹੈਗਾ, ਦੈਟ ਇਜ਼ ਵੈਰੀ ਵੈਰੀ ਹਾਰਮਫੁਲ। ਪ੍ਰੀਏਕਲੈਂਪਸੀਆ ਕੀ ਕੰਡੀਸ਼ਨ ਹੈਗੀ ਹੈ? ਇਸ ਦੇ ਅੰਦਰ ਤੁਹਾਡਾ ਬਲੱਡ ਪ੍ਰੈਸ਼ਰ ਤਾਂ ਵੱਧਦਾ ਹੀ ਹੈਗਾ, ਦੇਰ ਇਜ਼ ਹਾਈਪਰਟੈਂਸ਼ਨ, ਮਰੀਜ਼ ਦੇਖਦਾ ਹੈ ਕਿ ਮੇਰਾ ਹੌਲੀ ਹੌਲੀ ਬਲੱਡ ਪ੍ਰੈਸ਼ਰ ਵੱਧ ਰਿਹਾ, ਪਰ ਸਡਨਲੀ ਫੀਮੇਲ ਇਹ ਵੀ ਨੋਟਿਸ ਕਰਦੀ ਹੈਗੀ ਹੈ ਕਿ ਮੈਂ ਜਦੋਂ ਉੱਠਦੀ ਹਾਂ ਤਾਂ ਮੇਰੀ ਫੇਸ ਸੁੱਜਿਆ ਹੁੰਦਾ, ਅੱਖਾਂ ਸੁੱਜੀਆਂ ਹੁੰਦੀਆਂ, ਅੰਡਰ ਆਈ ਸਵੈਲਿੰਗ ਹੁੰਦੀ ਹੈ, ਹੱਥ ਪੈਰ ਸੁੱਜੇ ਹੁੰਦੇ ਨੇ, ਪੈਰਾਂ ਦੇ ਅੰਦਰ ਉਡੀਮਾ ਹੈਗਾ, ਪਿਟਿੰਗ ਉਡੀਮਾ, ਜਿਵੇਂ ਮੈਂ ਦਬਾਉਣ ਦੀ ਕੋਸ਼ਿਸ਼ ਕਰਦੀ ਹਾਂ ਤਾਂ ਉੱਥੇ ਡੂੰਘ ਪੈਂਦੇ ਹੈਗੇ ਨੇ। ਸੋ ਇਹ ਜਿਹੜੇ ਵਾਰਨਿੰਗ ਸਾਈਨ ਨੇ ਇੰਡੀਕੇਟ ਕਰਦੇ ਹੈਗੇ ਆ ਕਿ ਦੇਰ ਇਜ਼ ਸਮਥਿੰਗ ਰੋਂਗ। ਤੋ ਉਸੇ ਤਰ੍ਹਾਂ ਤੁਹਾਡੇ ਯੂਰਿਨ ਦੇ ਅੰਦਰ ਝੱਗ ਆਉਣਾ, ਯੂਰਿਨ ਦੇ ਅੰਦਰ ਰੇਸ਼ਾ ਆਉਣਾ, ਤਾਰਾਂ ਆਉਣਾ ਜਾਂ ਫਿਰ ਉਹ ਕਲੀਅਰ ਨਾ ਹੋਣਾ, ਕਲਾਊਡੀ ਹੋਣਾ ਇੰਡੀਕੇਟ ਕਰਦਾ ਹੈ ਕਿ ਪਿਸ਼ਾਬ ਦੇ ਅੰਦਰ ਐਲਬਿਊਮਿਨ ਜਾਂ ਪ੍ਰੋਟੀਨ ਜਿਹੜਾ ਉਹ ਲੀਕ ਹੋ ਰਿਹਾ ਹੈਗਾ। ਸੋ ਇਹ ਜਿਹੜੀ ਕੰਡੀਸ਼ਨ ਹੈਗੀ ਹੈ ਦਿਸ ਇਜ਼ ਵੈਰੀ ਵੈਰੀ ਡੇਂਜਰਸ ਫੋਰ ਦਾ ਫੀਟਸ, ਕਿਉਂਕਿ ਹਾਈਪਰਟੈਂਸ਼ਨ ਹੋਣ ਦੇ ਨਾਲ ਇਹ ਕੰਡੀਸ਼ਨ ਦੇ ਅੰਦਰ ਮਾਂ ਅਤੇ ਬੱਚਾ ਦੋਨਾਂ ਲਈ ਹੀ ਇਹ ਹਾਰਮਫੁਲ ਹੈ। ਇਹ ਫੀਮੇਲ ਦੀ ਬਾਡੀ ਦੇ ਅੰਦਰ ਕਿਡਨੀ ਡਿਸਓਰਡਰਸ, ਪਰਮਨੈਂਟ ਕਿਡਨੀ ਡੈਮੇਜ, ਕਿਡਨੀ ਫੇਲੀਅਰ, ਹਾਰਟ ਫੇਲੀਅਰ ਐਂਡ ਈਵਨ ਬੱਚੇ ਦੇ ਅੰਦਰ ਜਿਹੜਾ ਹੈ ਪਰਮਨੈਂਟ ਡੈਮੇਜਸ, ਉਸਦੀ ਗਰੋਥ 'ਤੇ ਰੁਕਾਵਟ, ਬੱਚਾ ਸਹੀ ਤਰ੍ਹਾਂ ਡਿਵੈਲਪ ਨਹੀਂ ਹੋ ਰਿਹਾ ਹੈਗਾ ਵਿਦ ਟਾਈਮ, ਉਹਦੀ ਗਰੋਥ ਸਹੀ ਨਹੀਂ ਹੈਗੀ, ਵੇਟ ਸਹੀ ਨਹੀਂ ਹੈਗਾ, ਉਹਦਾ ਦਿਮਾਗ ਸਹੀ ਡਿਵੈਲਪ ਨਹੀਂ ਹੋ ਰਿਹਾ। ਅਤੇ ਬਹੁਤ ਸਾਰੇ ਕੇਸਿਸ ਦੇ ਅੰਦਰ ਇਹ ਵੀ ਹੁੰਦਾ ਹੈ ਕਿ ਜ਼ਿਆਦਾ ਪ੍ਰੈਸ਼ਰ ਪ੍ਰੀਕਲੈਂਪਸੀਆ ਦੇ ਅੰਦਰ ਹੋਣ ਦੇ ਨਾਲ ਬੱਚਾ ਜਿਹੜਾ ਹੈ ਜਿਹਨੂੰ ਕਿ ਇੱਕ ਅਸੀਂ ਕਹਿ ਸਕਦੇ ਹਾਂ ਫੇਟਲ ਕੰਡੀਸ਼ਨ, ਕਿ ਤੁਹਾਡਾ ਜਿਹੜਾ ਪਲਸੈਂਟਾ ਹੈ ਇੰਨੇ ਪ੍ਰੈਸ਼ਰ ਦੇ ਨਾਲ ਅਬਰਪਟਲੀ ਇਰਪਟ ਹੋ ਜਾਂਦਾ, ਭਾਵ ਨਾੜੂ ਜਿਹੜਾ ਹੈ ਬੱਚੇ ਨਾਲ ਧੁੰਨੀ ਨਾਲ ਜੁੜਿਆ ਅਤੇ ਮਾਂ ਦੇ ਯੂਟਰਸ ਨਾਲ ਜੁੜਿਆ, ਯੂਟਰਸ ਦੀ ਵਾਲ ਉਸਨੂੰ ਐਕਸਪੈਲ ਕਰ ਦਿੰਦੀ ਹੈ ਜਿਸ ਨਾਲ ਕਿ ਮਿਸਕੈਰੇਜਿਸ ਦੇ ਚਾਂਸਿਸ ਬਹੁਤ ਜ਼ਿਆਦਾ ਹਾਈ ਹੁੰਦੇ ਨੇ ਇਸ ਪਰਟੀਕੁਲਰ ਹੈਲਥ ਇਸ਼ੂ ਦੇ ਅੰਦਰ। ਜੀ, ਇਸ ਤੋਂ ਇਲਾਵਾ ਪ੍ਰੈਗਨੈਂਸੀ ਦੇ ਦੌਰਾਨ ਕੋਈ ਹੋਰ ਅਲਾਮਤਾਂ ਜਿਹੜੀਆਂ ਆਮ ਤੌਰ 'ਤੇ ਬਿਮਾਰੀਆਂ ਜਿਹੜੀਆਂ ਪ੍ਰੈਗਨੈਂਸੀ ਤੋਂ ਇਲਾਵਾ ਵੀ ਹੋ ਜਾਂਦੀਆਂ ਨੇ? ਹਾਂਜੀ, ਇਹ ਪ੍ਰੈਗਨੈਂਸੀ ਕਰਕੇ ਵੀ ਡਿਵੈਲਪ ਹੋ ਸਕਦੇ ਨੇ? ਪ੍ਰੈਗਨੈਂਸੀ ਕਰਕੇ ਵੀ ਡਿਵੈਲਪ ਹੋ ਸਕਦੀਆਂ ਨੇ। ਆਪਾਂ ਜਿਵੇਂ ਬਲੱਡ ਪ੍ਰੈਸ਼ਰ ਦੀ ਗੱਲ ਕੀਤੀ ਸੀਗੀ ਕਿ ਬਿਫੋਰ ਪ੍ਰੈਗਨੈਂਸੀ ਜੇ ਤੁਹਾਨੂੰ ਬਲੱਡ ਪ੍ਰੈਸ਼ਰ ਰਹਿੰਦਾ ਤਾਂ ਡਿਊਰਿੰਗ ਪ੍ਰੈਗਨੈਂਸੀ ਪ੍ਰੀਏਕਲੈਂਪਸੀਆ ਵਰਗੀਆਂ ਕੰਡੀਸ਼ਨ ਹੋਣ ਦੇ ਚਾਂਸਿਸ ਵੱਧ ਜਾਂਦੇ ਨੇ। ਸੋ ਉਸੇ ਹੀ ਤਰ੍ਹਾਂ ਦੇਰ ਇਜ਼ ਅ ਸੈਕਿੰਡ ਹੈਲਥ ਇਸ਼ੂ, ਅਤੇ ਬਹੁਤ ਜ਼ਿਆਦੀਆਂ ਫੀਮੇਲ ਜਿਹੜੀਆਂ ਇਸ ਹੈਲਥ ਇਸ਼ੂ ਤੋਂ ਡਰਦੀਆਂ ਵੀ ਨੇ ਕਿ ਮੈਨੂੰ ਪ੍ਰੈਗਨੈਂਸੀ 'ਚ ਇਹ ਨਾ ਹੋ ਜਾਵੇ ਐਂਡ ਦੈਨ ਦੈਟ ਇਜ਼ ਡਾਇਬੀਟੀਜ਼। ਹੁਣ ਕਈ ਵਾਰੀ ਤਾਂ ਇਹ ਹੈਗਾ ਕਿ ਜਿਹੜੀ ਮਦਰ, ਜਿਵੇਂ ਆਪਾਂ ਹਾਈਪਰਟੈਂਸ਼ਨ ਦੀ ਗੱਲ ਕੀਤੀ ਹੈ ਕਿ ਆਲਰੇਡੀ ਉਹ ਡਾਇਬੈਟਿਕ ਹੈਗੇ ਨੇ ਤਾਂ ਉਹਨਾਂ ਦੀਆਂ ਕੰਪਲੀਕੇਸ਼ਨਸ ਡਿਊਰਿੰਗ ਪ੍ਰੈਗਨੈਂਸੀ ਥੋੜ੍ਹੀਆਂ ਹੋਰ ਵੱਧ ਜਾਂਦੀਆਂ ਨੇ। ਇਹ ਨਹੀਂ ਹੈਗਾ ਵੀ ਤੁਹਾਡੀ ਡਾਇਬਿਟੀਜ਼ ਵੱਧ ਜਾਂ ਤੁਹਾਡੀ ਡਾਇਬਿਟੀਜ਼ ਦੇ ਅੰਦਰ ਕੰਪਲੀਕੇਸ਼ਨ ਵੱਧਦੀ ਹੈ, ਪਰ ਤੁਹਾਡੀ ਡਾਇਬਿਟੀਜ਼ ਜ਼ਰੂਰ ਵੱਧ ਸਕਦੀ ਹੈ, ਭਾਵ ਆਊਟ ਆਫ ਰੇਂਜ ਜਾ ਸਕਦੀ ਹੈਗੀ ਹੈ। ਕਿਉਂਕਿ ਵੀ ਨੀਡ ਟੂ ਅੰਡਰਸਟੈਂਡ ਵਨ ਥਿੰਗ, ਜਦੋਂ ਤਾਂ ਬਾਡੀ ਦੇ ਅੰਦਰ ਪਲਸੈਂਟਾ ਦੀ ਗਰੋਥ ਹੁੰਦੀ ਹੈ, ਭਾਵ ਨਾੜੂ ਡਿਵੈਲਪ ਹੁੰਦਾ ਹੈ, ਜਿਉਂ ਇਨੀਸ਼ੀਅਲ ਡੇ ਤੋਂ ਹੀ ਪ੍ਰੈਗਨੈਂਸੀ ਚੱਲਦੀ ਹੈ, ਤਾਂ ਪਲਸੈਂਟਾ ਦੀ ਡਿਵੈਲਪਮੈਂਟ ਅਤੇ ਇਨਲਾਰਜਮੈਂਟ ਵੱਧਦੇ ਰਹਿਣ ਦੇ ਨਾਲ ਪਲਸੈਂਟਾ ਇੱਕ ਇਸ ਤਰ੍ਹਾਂ ਦਾ ਹਾਰਮੋਨ ਪੈਦਾ ਕਰਦਾ ਜਿਸ ਦੇ ਅੰਦਰ ਫੀਮੇਲ ਦੀ ਬਾਡੀ ਦੇ ਅੰਦਰ ਇਨਸੁਲਿਨ ਰੈਜ਼ਿਸਟੈਂਸ ਹੋਣ ਲੱਗਦੀ ਹੈ। ਇੱਕ ਨੈਚੁਰਲ ਪ੍ਰੋਸੈਸ ਹੈ, ਹਰ ਫੀਮੇਲ ਦੇ ਅੰਦਰ ਇਹ ਹੁੰਦਾ ਹੈਗਾ ਟੂ ਸਮ ਐਕਸਟੈਂਟ। ਇਸ ਦਾ ਕਾਰਨ ਸਿਰਫ ਇਹ ਹੁੰਦਾ ਹੈ ਕਿ ਫੀਮੇਲ ਦੀ ਬਾਡੀ ਦੇ ਅੰਦਰ ਜੇ ਇਨਸੁਲਿਨ ਦੀ ਰੈਜ਼ਿਸਟੈਂਸ ਹੋਏਗੀ ਅਤੇ ਘੱਟ ਸ਼ੂਗਰ ਸਪਲਾਈ ਜਿਹੜੀ ਯੂਟੀਲਾਈਜ਼, ਜਿਹੜਾ ਆਪਾਂ ਖੁਰਾਕ ਮਾਂ ਨੇ ਖਾਧੀ ਹੈ ਉਹਦੇ 'ਚ ਜ਼ਿਆਦਾ ਸ਼ੂਗਰ ਮਾਂ ਨਾ ਯੂਟੀਲਾਈਜ਼ ਕਰਕੇ ਜ਼ਿਆਦਾ ਬੱਚੇ ਨੂੰ ਸਪਲਾਈ ਜਾਵੇ, ਇਸ ਕਰਕੇ ਪਲਸੈਂਟਾ ਇਹ ਚੀਜ਼ ਪੈਦਾ ਕਰਦਾ। ਬਟ ਇਨ ਸਮ ਕੇਸਿਸ ਜਿਵੇਂ ਕਿ ਆਪਾਂ ਗੱਲ ਕੀਤੀ, ਆਲਰੇਡੀ ਤੁਸੀਂ ਡਾਇਬੈਟਿਕ ਹੈਗੇ ਹੋ ਤਾਂ ਉੱਥੇ ਕੰਡੀਸ਼ਨ ਹੋਰ ਵਰਸ ਹੋ ਜਾਂਦੀ ਹੈ ਜਿਸ ਨਾਲ ਕਿ ਫ੍ਰੀ ਫਲੋਇੰਗ ਸ਼ੂਗਰ ਜਿਹੜੀ ਕਿ ਬੱਚੇ ਨੂੰ ਜਾਣੀ ਚਾਹੀਦੀ ਹੈ, ਉਹ ਫ੍ਰੀ ਫਲੋਇੰਗ ਸ਼ੂਗਰ ਐਕਸੈਸਿਵਲੀ ਮਾਂ ਦੇ ਬਲੱਡ ਦੇ ਅੰਦਰ ਜਿਹੜੀ ਹੈ ਉਹ ਫਲੋ ਕਰਨ ਲੱਗਦੀ ਹੈ ਐਂਡ ਦੈਟ ਕਾਜ਼ਸ ਅਗੇਨ ਹਾਰਮਫੁਲ ਇਫੈਕਟਸ ਟੂ ਦ ਚਾਈਲਡ। ਸੋ ਇਸ ਇਫੈਕਟ ਦੇ ਨਾਲ ਮਾਂ ਦੀ ਸ਼ੂਗਰ ਜਿਹੜੀ ਹੈ ਉਹ ਘਟੇਗੀ? ਮਾਂ ਦੀ ਸ਼ੂਗਰ ਵੱਧਦੀ ਹੈਗੀ ਹੈ ਜਦੋਂ ਆਪਾਂ ਦੇਖਦੇ ਹੈਗੇ ਹਾਂ, ਜੇ ਪਲਸੈਂਟਾ ਯੂਜ਼ ਨਹੀਂ ਕਰਦਾ,
ਜੇ ਨੈਚੁਰਲ ਫਾਰਮ ਚ ਹੋਵੇ ਜਿਹੜਾ ਕਿ ਨੈਚੁਰਲ ਰੈਜ਼ਿਸਟੈਂਸ ਹੈ ਜਿਹੜੀ ਕਿ ਥੋੜੀ ਜਿਹੀ ਹੁੰਦੀ ਹੈ ਉਸ ਦੇ ਅੰਦਰ ਸ਼ੂਗਰ ਇਨਕਰੀਜ਼ ਨਹੀਂ ਹੁੰਦੀ ਕਿਉਂਕਿ ਵਧੀ ਹੋਈ ਸ਼ੂਗਰ ਬੇਬੀ ਨੇ ਯੂਜ਼ ਕਰ ਲੈਣੀ ਜੀ ਬਟ ਜਦੋਂ ਕੰਪਲੀਕੇਸ਼ਨ ਜਿਸ ਨੂੰ ਕਿ ਜੈਸਟੇਸ਼ਨਲ ਡਾਇਬੀਟੀਜ਼ ਕਿਹਾ ਜਾਂਦਾ ਹੈ ਉਸ ਦੇ ਅੰਦਰ ਐਕਸੈਸਿਵ ਜਿਹੜਾ ਹੈ ਇਹ ਡਿਫਰੈਂਸ ਹੁੰਦਾ ਹੈਗਾ ਕਿ ਰੈਜ਼ਿਸਟੈਂਸ ਇੰਨੀ ਕੁ ਜ਼ਿਆਦਾ ਹੋ ਗਈ ਕਿ ਬੱਚਾ ਤਾਂ ਜਿੰਨੀ ਕੁ ਯੂਟੀਲਾਈਜ਼ ਕਰਦਾ ਹੀ ਹੈ ਮਾਂ ਦੀ ਬੜੀ ਯੂਟੀਲਾਈਜ਼ ਹੀ ਨਹੀਂ ਕਰ ਪਾਉਂਦੀ ਪਰ ਜਿਹੜਾ ਪੈਂਕਰੀਆ ਜਿਹੜਾ ਹੈ ਉਹ ਉਸ ਦੀ ਪ੍ਰੋਡਕਸ਼ਨ ਜਿਹੜੀ ਹੈ ਉਹ ਸੇਮ ਰਹਿੰਦੀ ਜਾਂ ਉਹਦੇ ਤੇ ਉਹ ਸੇਮ ਰਹਿੰਦੀ ਹੈ ਪਰ ਰੈਜ਼ਿਸਟੈਂਸ ਹੋ ਜਾਂਦੀ ਠੀਕ ਹੈ ਤੇ ਪੈਂਕਰੀਆਸ ਹੋਰ ਵੀ ਬਰਡਨ 'ਚ ਆ ਜਾਂਦਾ ਹੈ ਕਿ ਮੈਂ ਇੰਨੀ ਸਾਰੀ ਇਨਸੂਲਿਨ ਪੈਦਾ ਕਰ ਰਿਹਾ ਹੈਗਾ ਤਾਂ ਫਿਰ ਵੀ ਸ਼ੂਗਰ ਕਿਉਂ ਵੱਡੀ ਹੋਈ ਹੈ ਸੋ ਉਸ ਨੂੰ ਦੁਬਾਰਾ ਦੁਬਾਰਾ ਸਿਗਨਲ ਟੂ ਪ੍ਰੋਡਿਊਸ ਮੋਰ ਇਨਸੂਲਿਨ ਜਿਹੜਾ ਉਹ ਜਾਈ ਜਾਂਦਾ ਹੈਗਾ ਸੋ ਐਕਸੈਸਿਵ ਇਨਸੂਲਿਨ ਪ੍ਰੋਡਕਸ਼ਨ ਹੁੰਦੀ ਹੈ ਪਲਸੈਂਟਾ ਜਿਹੜਾ ਉਹ ਉਸ ਨੂੰ ਰੈਜ਼ਿਸਟ ਕਰੀ ਜਾਂਦਾ ਹੈਗਾ ਬਾਡੀ ਜਿਹੜੀ ਉਹ ਲੈਂਦੀ ਨਹੀਂ ਤਾਂ ਮਾਂ ਦੀ ਬਲੱਡ ਦੇ ਅੰਦਰ ਬਹੁਤ ਜ਼ਿਆਦਾ ਜਿਹੜਾ ਸ਼ੂਗਰ ਫਲੋ ਕਰਨ ਲੱਗਦੀ ਹੈ ਹੁਣ ਇਸ ਦੇ ਅੰਦਰ ਵੀ ਸ਼ੁੱਡ ਸੀ ਔਰ ਇਸ ਨੂੰ ਅਵੋਇਡ ਵੀ ਕੀਤਾ ਜਾ ਸਕਦਾ ਜਿਹੜੀਆਂ ਤਾਂ ਮਦਰਸ ਆਲਰੇਡੀ ਡਾਇਬੀਟਿਕ ਨੇ ਉਹ ਇਸ ਹਾਲਤ ਨੂੰ ਅਵੋਇਡ ਨਹੀਂ ਕਰ ਸਕਦੀਆਂ ਬਿਕੋਜ਼ ਦੇ ਆਰ ਆਲਰੇਡੀ ਡਾਇਬੀਟਿਕ ਜੀ ਪਰ ਜਿਹੜੀਆਂ ਮਦਰਸ ਦੇ ਆਰ ਨੋਟ ਡਾਇਬੀਟਿਕ ਦੈਨ ਕਿਹੜੀਆਂ ਫੀਮੇਲਸ ਦੇ ਅੰਦਰ ਇਸ ਦਾ ਰੁਝਾਨ ਜ਼ਿਆਦਾ ਹੁੰਦਾ ਹੈ ਉਹ ਅਸੀਂ ਪ੍ਰੀ ਐਕਲੈਂਪਸੀਆ ਜਿਹੜੀ ਹਾਈਪਰਟੈਂਸ਼ਨ ਦੀ ਵੀ ਗੱਲ ਕੀਤੀ ਤੇ ਇਸ ਕੰਡੀਸ਼ਨ ਦੇ ਅੰਦਰ ਵੀ ਉਹ ਮਦਰਸ ਜਿਨ੍ਹਾਂ ਦਾ ਵਜ਼ਨ ਨੋਰਮਲ ਤੋਂ ਜ਼ਿਆਦਾ ਜ਼ਿਆਦਾ ਸੋ ਫੈਟੀ ਮਦਰ ਜਿਹੜੀਆਂ ਹੈਗੀਆਂ ਉਹਨਾਂ ਦੇ ਅੰਦਰ ਇਹ ਕੰਪਲੀਕੇਸ਼ਨ ਜ਼ਿਆਦਾ ਆਉਂਦੀਆਂ ਔਰ ਉਹ ਵੀ ਜ਼ਿਆਦਾਤਰ ਟੂਵਰਡਸ ਸੈਕਿੰਡ ਐਂਡ ਥਰਡ ਟਾਈਮ ਟ੍ਰਾਈਮੈਸਟਰ ਉਸ ਵੇਲੇ ਜਿਉਂ ਜਿਉਂ ਪਲਸੈਂਟਾ ਸਾਈਜ਼ 'ਚ ਵੱਧਦਾ ਜਾਂਦਾ ਤਿਉਂ ਤਿਉਂ ਉਹ ਇਨਸੂਲਿਨ ਰੈਜ਼ਿਸਟੈਂਸ ਪੈਦਾ ਕਰਦਾ ਇਸੇ ਕਰਕੇ ਪ੍ਰੀ ਜਿਹੜੀ ਹੈ ਜੈਸਟੇਸ਼ਨਲ ਡਾਇਬੀਟੀਜ਼ ਵੀ ਸੈਕਿੰਡ ਟ੍ਰਾਈਮੈਸਟਰ ਦੇ ਐਂਡ ਅਤੇ ਥਰਡ ਟ੍ਰਾਈਮੈਸਟਰ ਦੇ ਬਿਟਵੀਨ ਜਿਹੜਾ ਹੈ ਉਹ ਡਾਇਗਨੋਸ ਕੀਤਾ ਜਾਂਦਾ ਮਦਰਸ ਦਾ ਜਦੋਂ ਸ਼ੂਗਰ ਲੈਵਲਸ ਕੰਟੀਨਿਊਸਲੀ ਮੋਨੀਟਰ ਕੀਤੇ ਜਾਂਦੇ ਨੇ ਤਾਂ ਫਾਈਂਡ ਆਊਟ ਹੁੰਦਾ ਹੈਗਾ ਕਿ ਮਾਂ ਦੀ ਬਾਡੀ ਦੇ ਅੰਦਰ ਸ਼ੂਗਰ ਵੱਧ ਰਹੀ ਹੈ ਉਸ ਲਈ ਉਸਨੂੰ ਟੈਂਪਰੇਰੀ ਟ੍ਰੀਟਮੈਂਟ ਦਿੱਤੇ ਜਾਂਦੇ ਨੇ ਦੋਸ ਕੁਡ ਬੀ ਇੰਟਰਨਲ ਮੈਡੀਕੇਸ਼ਨਸ ਐਜ਼ ਵੈਲ ਅਲੋਂਗ ਵਿਦ ਦੈਟ ਕਈ ਵਾਰੀ ਫੀਮੇਲਸ ਨੂੰ ਕੰਟੀਨਿਊਸਲੀ ਐਵਰੀ 4 ਮੀਲਸ ਜਿਹੜਾ ਉਹਨਾਂ ਨੂੰ ਆਪਣੀ ਬਲੱਡ ਸ਼ੂਗਰ ਮੋਨੀਟਰ ਕਰਨੀ ਪੈਂਦੀ ਹੈ ਕਿਉਂਕਿ ਕਈ ਫੀਮੇਲਸ ਦੇ ਅੰਦਰ ਜਦੋਂ ਟ੍ਰੀਟਮੈਂਟ ਸ਼ੁਰੂ ਹੋ ਜਾਂਦਾ ਹੈਗਾ ਇਨਸੂਲਿਨ ਜਾਂ ਫਿਰ ਮੈਡੀਕੇਸ਼ਨ ਤਾਂ ਦਵਾਈ ਦੇ ਨਾਲ ਫੋਰਸਫੁਲੀ ਉਹ ਥੱਲੇ ਵੀ ਚਲੀ ਜਾਂਦੀ ਹੈ ਕਾਜ਼ਿੰਗ ਹਾਈਪੋਗਲਾਈਸੀਮੀਆ ਭਾਵ ਸ਼ੂਗਰ ਦਾ ਲੈਵਲ ਬਹੁਤ ਜ਼ਿਆਦਾ ਥੱਲੇ ਚਲੇ ਜਾਣ ਨਾਲ ਜਿਸ ਨਾਲ ਕਿ ਮਦਰ ਅਨਕੌਂਸ਼ੀਅਸ ਡਿਜ਼ੀ ਵੀਕ ਫੇਂਟ ਹੋ ਕੇ ਡਿੱਗ ਵੀ ਸਕਦੀ ਹੈ ਵਿਚ ਇਜ਼ ਇੰਜੂਰੀਅਸ ਫੋਰ ਦਾ ਮਦਰ ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਕੰਟੀਨਿਊਸਲੀ ਇੱਕ ਵਾਰੀ ਜੇ ਡਾਇਗਨੋਸ ਹੋਵੇ ਤਾਂ ਮਾਂ ਨੂੰ ਫਿਰ ਕੰਟੀਨਿਊਸ ਸਰਵੇਲੈਂਸ 'ਤੇ ਰੱਖਿਆ ਜਾਂਦਾ ਆਈ ਹੈਵ ਨੋਨ ਸੋ ਮੈਨੀ ਪੇਸ਼ੈਂਟਸ ਜਿਨ੍ਹਾਂ ਨੂੰ ਕਿ ਦਿਨ ਦੇ ਵਿੱਚ 3 ਵਾਰੀ ਜਿੰਨੀਆਂ ਮੀਲਸ ਨੇ ਉਨੀ ਵਾਰੀ ਪਹਿਲਾਂ ਸ਼ੂਗਰ ਚੈੱਕ ਕਰਨੀ ਪੈਂਦੀ ਉਨਾ ਫਿਰ ਹਿਸਾਬ ਨਾਲ ਉਹਨਾਂ ਨੂੰ ਯੂਨਿਟਸ ਆਫ ਜਿਹੜੀ ਆ ਇਨਸੂਲਿਨ ਲਾਉਣੀ ਪੈਂਦੀ ਆ ਸੋ ਦੀਜ਼ ਆਰ ਵੈਰੀ ਇੱਕ ਆਲਰੇਡੀ ਸਟ੍ਰੈਸਫੁਲ ਹੁੰਦੀ ਹੈ ਬਾਡੀ ਜੀ ਯੂ ਆਰ ਗੋਇੰਗ ਥਰੂ ਗਰੋਥ ਇਨ ਯੂਅਰ ਬਾਡੀ ਮੇਜਰ ਗਰੋਥ ਫਿਰ ਹੈਗਾ ਦੂਸਰਾ ਕਿ ਕਾਫੀ ਹਾਰਮੋਨ ਚੇਂਜ ਹੋ ਰਿਹਾ ਤੀਸਰਾ ਇਹਨਾਂ ਚੀਜ਼ਾਂ ਕਰਕੇ ਬਾਡੀ ਦੇ ਅੰਦਰ ਬਹੁਤ ਜ਼ਿਆਦਾ ਸਟ੍ਰੈਸ ਲੈਵਲ ਵੱਧ ਜਾਂਦਾ ਕਿ ਮੈਂ ਖਾਣਾ ਤਾਂ ਇੰਨਾ ਜਿਹਾ ਪਰ ਮੈਨੂੰ ਹਰ ਵਾਰੀ ਜਿਹੜਾ ਉਹ ਪਹਿਲਾਂ ਆਪਣਾ ਬਲੱਡ ਨਾਪਣਾ ਹੈ ਸੂਈਆਂ ਮਾਰਨੀ ਹੈ ਸਮ ਫੀਮੇਲਸ ਆਰ ਵੈਰੀ ਵੈਰੀ ਆਈ ਵੁੱਡ ਸੇ ਕਿ ਡਰਦੀਆਂ ਹੈਗੀਆਂ ਲੁਕਿੰਗ ਐਟ ਈਵਨ ਨੀਡਲ ਉਹ ਨੋਰਮਲ ਸੂਈ ਨਹੀਂ ਲਾ ਸਕਦੀਆਂ ਤਾਂ ਜੇ ਉਹਨਾਂ ਨੂੰ ਕਹੀਏ ਵੀ ਤੁਸੀਂ ਦਿਨ ਦੇ ਵਿੱਚ 4 ਵਾਰੀ ਪਹਿਲਾਂ ਫਿੰਗਰ 'ਚ ਸੂਈ ਮਾਰਨੀ ਤਾਂ ਫਿਰ ਤੁਸੀਂ ਇੰਜੈਕਸ਼ਨ ਲਾਉਣਾ ਆ ਦੈਨ ਦਿਸ ਇਜ਼ ਵੈਰੀ ਸਟ੍ਰੈਸਫੁਲ ਫੋਰ ਦੈਮ ਜਿਹੜਾ ਕਿ ਫਿਰ ਇਨਡਾਇਰੈਕਟਲੀ ਹੋਰ ਵੀ ਉਹਨਾਂ ਦਾ ਜਿਹੜਾ ਸ਼ੂਗਰ ਲੈਵਲ ਅਤੇ ਇਨਸੂਲਿਨ ਲੈਵਲ ਨੂੰ ਅਫੈਕਟ ਕਰਦਾ ਹੈ ਥਾਇਰਾਇਡ ਜਿਹੜਾ ਜੀ ਉਹ ਆਮ ਤੌਰ ਦੇ ਉੱਪਰ ਇਹ ਮੰਨਿਆ ਜਾਂਦਾ ਕਿ ਜਦੋਂ ਹਾਰਮੋਨਲ ਇੰਬੈਲੈਂਸ ਕਰਕੇ ਥਾਇਰਾਇਡ ਜਿਹੜਾ ਉਹ ਹੁੰਦਾ ਹਾਂਜੀ ਪ੍ਰੈਗਨੈਂਸੀ ਦੇ ਦੌਰਾਨ ਵੀ ਥਾਇਰਾਇਡ ਜਿਹੜਾ ਉਹ ਹੋ ਸਕਦਾ ਪ੍ਰੈਗਨੈਂਸੀ ਦੇ ਦੌਰਾਨ ਹੀ ਜ਼ਿਆਦਾ ਜਾਂ ਆਫਟਰ ਪ੍ਰੈਗਨੈਂਸੀ ਹੀ ਜ਼ਿਆਦਾ ਥਾਇਰਾਇਡ ਨੂੰ ਇੰਡੀਕੇਟ ਕੀਤਾ ਜਾਂਦਾ ਹੈ ਮੋਨੀਟਰ ਕੀਤਾ ਜਾਂਦਾ ਹੈ ਅਤੇ ਜ਼ਿਆਦਾਤਰ ਫੀਮੇਲਸ ਨੂੰ ਪ੍ਰਿਸਕ੍ਰਿਪਸ਼ਨ 'ਤੇ ਵੀ ਇਸ ਟਾਈਮ ਦੇ ਦੌਰਾਨ ਜਾਂ ਬਾਅਦ ਵਿੱਚ ਲਗਾਇਆ ਜਾਂਦਾ ਜੀ ਜਦੋਂ ਹੀ ਸਰੀਰ ਦੇ ਅੰਦਰ ਸਾਡਾ ਜਿਹੜਾ ਥਾਇਰਾਇਡ ਹੈ ਇਟ ਉਸਦਾ ਮੇਨ ਫੰਕਸ਼ਨ ਹੀ ਗਰੋਥ ਇਨ ਦਾ ਬਾਡੀ ਹੈਗਾ ਉਹ ਮੇਨ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦਾ ਹੈਗਾ ਬਾਡੀ ਟੈਂਪਰੇਚਰ ਨੂੰ ਕੰਟਰੋਲ ਕਰਦਾ ਹੈਗਾ ਸੋ ਜਦੋਂ ਹੀ ਸਾਡੇ ਸਰੀਰ ਦੇ ਅੰਦਰ ਮੇਨ ਕੋਈ ਗਰੋਥ ਹੋ ਰਹੀ ਹੈਗੀ ਹੈ ਐਜ਼ ਪ੍ਰੈਗਨੈਂਸੀ ਇਜ਼ ਅ ਮੇਜਰ ਥਿੰਗ ਤਾਂ ਇਹ ਫਲਕਚੁਏਟ ਕਰਦਾ ਡੇਲੀ ਬੇਸਿਸ 'ਤੇ ਅਤੇ ਕਈ ਵਾਰੀ ਇਹ ਹੁੰਦਾ ਹੈਗਾ ਕਿ ਕਿਉਂਕਿ ਚਾਂਸ ਨਹੀਂ ਲਿੱਤਾ ਜਾਂਦਾ ਜੇ ਥਾਇਰਾਇਡ ਬਹੁਤ ਜ਼ਿਆਦਾ ਫਲਕਚੁਏਟ ਕਰ ਰਿਹਾ ਹੋਵੇ ਤਾਂ ਬੱਚੇ ਦੀ ਮੈਂਟਲ ਡਿਵੈਲਪਮੈਂਟ ਭਾਵ ਉਸਦੀ ਮੈਂਟਲ ਗਰੋਥ ਜਾਂ ਬ੍ਰੇਨ ਦੀ ਡਿਵੈਲਪਮੈਂਟ 'ਤੇ ਮੇਜਰ ਅਸਰ ਆਉਂਦਾ ਹੈਗਾ ਸੋ ਇਸ ਕਰਕੇ ਜੇ ਡਿਊਰਿੰਗ ਪ੍ਰੈਗਨੈਂਸੀ ਤੁਹਾਡਾ TSH ਲੈਵਲਸ ਫਲਕਚੁਏਟ ਕਰਨ T3 T4 ਹਾਰਮੋਨ ਸਹੀ ਲੈਵਲ 'ਚ ਨਾ ਹੋਣ ਤਾਂ ਇਹਨਾਂ ਨੂੰ ਆਰਟੀਫਿਸ਼ਲੀ ਸਬਸਟੀਟਿਊਟ ਕਰਨਾ ਜਾਂ ਕੰਟੀਨਿਊਸਲੀ ਲੈਣਾ ਬੜਾ ਜ਼ਰੂਰੀ ਹੈ ਕਈ ਵਾਰੀ ਅਸੀਂ ਇੰਪੋਰਟੈਂਸ ਆਫ ਮੈਡੀਕੇਸ਼ਨਸ ਨੂੰ ਵੀ ਨਹੀਂ ਸਮਝਦੇ ਬਈ ਆਪਾਂ ਰਿਲਕਟੈਂਟਲੀ ਲੈਂਦੇ ਹਾਂ ਵੀ ਅੱਜ ਮੇਰਾ ਜੀ ਨਹੀਂ ਕਰ ਰਿਹਾ ਅੱਜ ਮੈਨੂੰ ਵੱਤ ਆ ਰਿਹਾ ਅੱਜ ਮੈਨੂੰ ਨੌਜ਼ੀਆ ਆ ਰਿਹਾ ਬਿਕੋਜ਼ ਇਨ ਡਿਊਰਿੰਗ ਪ੍ਰੈਗਨੈਂਸੀ ਇਹ ਚੀਜ਼ਾਂ ਵੀ ਬਹੁਤ ਹੁੰਦੀਆਂ ਕਿ ਖੁਰਾਕ ਖਾਣ ਨੂੰ ਨਹੀਂ ਜੀ ਕਰਦਾ
ਦੁੱਧ ਸਮੈਲ ਕਰਨ ਨੂੰ ਜੀ ਨਹੀਂ ਕਰਦਾ, ਘਰ 'ਚ ਰੋਟੀ ਪੱਕਰੀ ਉਹਨੂੰ ਖਾਣ ਨੂੰ ਜੀ ਨਹੀਂ ਕਰਦਾ, ਅਤੇ ਉਸੇ ਹੀ ਤਰ੍ਹਾਂ ਦਵਾਈ ਖਾਂਦਿਆਂ ਵੀ ਕਈਆਂ ਨੂੰ ਨੌਜ਼ੀਆ ਹੁੰਦਾ। ਸੋ ਉਹਨਾਂ ਚੀਜ਼ਾਂ ਨੂੰ ਲੈ ਕੇ ਵੀ ਅਸੀਂ ਬਹੁਤ ਵਾਰੀ ਰਿਲਕਟੈਂਟ ਹੋ ਜਾਂਦੇ ਹਾਂ, ਮੈਂ ਆਪਣੇ ਮਲਟੀਵਾਈਟਮਿਨਸ ਨਹੀਂ ਲੈਣੇ ਜਾਂ ਆਪਣੀ ਪ੍ਰਿਸਕ੍ਰਿਪਸ਼ਨ ਦਵਾਈ ਨਹੀਂ ਲੈਣੀ। ਸੋ ਉਹਨਾਂ ਹਾਲਾਤਾਂ ਦੇ ਅੰਦਰ ਵੀ ਇਹ ਜਿਹੜੀ ਮੈਡੀਕੇਸ਼ਨਸ ਨੇ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ, ਚਾਹੇ ਉਹ ਹਾਈਪਰਟੈਂਸ਼ਨ ਦੀ ਹੈ, ਪ੍ਰੀ ਐਕਲੈਂਪਸੀਆ ਦੀ ਹੈ, ਡਾਇਬਟੀਜ਼ ਦੀ ਹੈ ਜਾਂ ਥਾਇਰਾਇਡ ਦੀ ਹੈ, ਇਹਨਾਂ ਨੂੰ ਆਪਾਂ ਅਵੋਇਡ ਨਹੀਂ ਕਰ ਸਕਦੇ। ਦੀਜ਼ ਆਰ ਵੈਰੀ ਇੰਪੋਰਟੈਂਟ ਮੈਡੀਕੇਸ਼ਨਸ ਜਿਹੜੀਆਂ ਕਿ ਜੇ ਆਪਾਂ ਕੰਪਰੋਮਾਈਜ਼ ਕਰਦੇ ਹਾਂ ਤਾਂ ਅਸੀਂ ਬੱਚੇ ਦੀ ਸਿਹਤ, ਬੱਚੇ ਦੀ ਗਰੋਥ, ਬੱਚੇ ਦਾ ਜਿਹੜਾ ਜਨਮ ਹੈ ਉਸਨੂੰ ਕੰਪਰੋਮਾਈਜ਼ ਕਰਦੇ ਹਾਂ, ਭਾਵ ਉਸਨੂੰ ਐਟ ਸੇਕ ਰੱਖਦੇ ਹੈਗੇ ਹਾਂ, ਕਿਉਂਕਿ ਇਹਦੇ ਨਾਲ ਸਟਿਲ ਬਰਥ, ਭਾਵ ਬੱਚਾ ਜਿਹੜਾ ਹੈ ਉਹ ਲਾਈਵ ਨਾ ਬੋਰਨ ਹੋਣਾ ਹੋ ਸਕਦਾ ਹੈਗਾ, ਅਰਲੀ ਮਿਸਕੈਰੇਜ ਹੋ ਸਕਦਾ ਹੈ, ਬੱਚਾ ਜਿਹੜਾ ਆ ਉਹ ਸਟਿਲ ਬੋਰਨ ਹੋ ਸਕਦਾ। ਸੋ ਵੀ ਹੈਵ ਟੂ ਪੇ ਅਟੈਨਸ਼ਨ ਕਿ ਇਹਨਾਂ ਪ੍ਰਿਸਕ੍ਰਿਪਸ਼ਨ ਨੂੰ ਅਸੀਂ ਵਾਈਜ਼ਲੀ ਐਂਡ ਔਨ ਟਾਈਮ ਐਜ਼ ਪ੍ਰਿਸਕ੍ਰਾਈਬਡ ਲਈ। ਇੱਕ ਆਮ ਜਿਹੜੀ ਨੋਰਮਲ ਜੀ ਚੀਜ਼ ਹੁੰਦੀ ਹੈ ਕਿ ਜਿਹੜੀਆਂ ਇਸ ਪ੍ਰੈਗਨੈਂਸੀ ਦੇ ਦੌਰਾਨ ਜਿਹੜੀ ਹੈ ਉਹ ਉਲਟੀਆਂ ਦਾ ਬਹੁਤ ਜ਼ਿਆਦਾ ਹੋਣਾ, ਹਾਂਜੀ, ਵੋਮਿਟਿੰਗ ਦਾ ਹੋਣਾ, ਇਹ ਨੋਰਮਲ ਆ? ਇਹਦੇ ਨਾਲ ਤੁਹਾਨੂੰ ਦੋ ਚਾਰ ਹੋਣਾ ਹੀ ਪੈਂਦਾ ਜਾਂ ਫਿਰ ਇਹ ਤੋਂ ਬਚਿਆ ਜਾ ਸਕਦਾ? ਬਚਿਆ ਜਾ ਸਕਦਾ ਤਾਂ ਕਿਵੇਂ ਬਚਿਆ ਜਾ ਸਕਦਾ? ਇੱਦਾਂ ਹੁੰਦਾ ਹੈ ਸਿੱਧੂ ਜੀ, ਐਵਰੀ ਫੀਮੇਲ ਦੀ ਬਾਡੀ ਥੋੜ੍ਹੀ ਜਿਹੀ ਡਿਫਰੈਂਟ ਹੈ ਸਟਰਕਚਰਲੀ, ਜੀ, ਜੈਨੈਟਿਕਲੀ, ਸੋ ਫੈਮਿਲੀ ਹਿਸਟਰੀ। ਕਈ ਫੀਮੇਲਸ ਨੂੰ ਕੋਈ ਸਿੰਪਟਮ ਨਹੀਂ ਆਉਂਦੇ, ਠੀਕ। ਸੋ ਵਿਦ ਦ ਰਾਈਜ਼ ਆਫ ਦਿਸ ਐਸਟ੍ਰੋਜੀ ਜਿਹੜਾ ਹਾਰਮੋਨ ਹੈਗਾ, ਜਿਹਨੂੰ ਕਿ ਪ੍ਰੈਗਨੈਂਸੀ ਹਾਰਮੋਨ ਕਿਹਾ ਜਾਂਦਾ, ਇਸ ਦੇ ਰਾਈਜ਼ ਹੋਣ ਨਾਲ ਕਈ ਫੀਮੇਲ, ਕਿਉਂਕਿ ਇਹ ਤੁਹਾਡੀ ਲਾਈਫ ਦੇ ਵਿੱਚ ਕਦੀ ਹੋਰ ਤੁਹਾਡੇ ਸਰੀਰ 'ਚ ਨਹੀਂ ਹੋਣਾ ਅਦਰ ਦੈਨ ਡਿਊਰਿੰਗ ਪ੍ਰੈਗਨੈਂਸੀ, ਠੀਕ, ਡਿਊਰਿੰਗ ਪਲਸੈਂਟਾ ਰਪਸ਼ਨ ਇਨ ਦ ਬਾਡੀ, ਉਦੋਂ ਹੀ ਇਹ ਪ੍ਰੋਡਿਊਸ ਹੁੰਦਾ। ਅਤੇ ਜਿਹੜੀਆਂ ਦ ਫਸਟ ਟ੍ਰਾਈਮੈਸਟਰ, ਕਈ ਵਾਰੀ ਇੱਦਾਂ ਹੁੰਦਾ ਕਿ ਜਿਹੜੀਆਂ ਫੀਮੇਲਸ ਪਹਿਲੀ ਪ੍ਰੈਗਨੈਂਸੀ ਦੇ ਅੰਦਰ ਬਹੁਤ ਜ਼ਿਆਦਾ ਨੌਜ਼ੀਆ, ਵੋਮਿਟਿੰਗ ਫੀਲ ਕਰਦੀਆਂ, ਇਹਦਾ ਮਤਲਬ ਹੈ ਕਿ ਉਹ ਹਰ ਪ੍ਰੈਗਨੈਂਸੀ 'ਚ ਇਸੇ ਤਰ੍ਹਾਂ ਹੀ ਫੀਲ ਕਰਨਗੀਆਂ, ਕਿ ਦਿਸ ਇਜ਼ ਹਾਓ ਇਹਨਾਂ ਦੀ ਬਾਡੀ ਇਸ ਹਾਰਮੋਨ ਨੂੰ ਰਿਐਕਟ ਕਰ ਰਹੀ ਹੈਗੀ ਹੈ। ਐਂਡ ਕਈ ਵਾਰੀ ਫੀਮੇਲਸ ਇੱਦਾਂ ਵੀ ਨੇ ਵੀ ਬਹੁਤ ਈਜ਼ਲੀ ਉਹਨਾਂ ਦੀ ਬਾਡੀ ਈਜ਼ਲੀ ਐਡਜਸਟ ਹੁੰਦੀ ਹੈ ਟੂ ਦ ਚੇਂਜਸ, ਇਹ ਸਾਰਾ ਕੁਛ ਹੈਗਾ ਡਿਪੈਂਡਿੰਗ ਔਨ ਮੇਰਾ ਇਮਿਊਨ ਸਿਸਟਮ ਕਿੱਦਾਂ, ਮੇਰੀ ਇੰਟਰਨਲ ਵੈਸੇ ਜਨਰਲ ਹੈਲਥ ਕਿੱਦਾਂ ਦੀ ਆ, ਮੇਰਾ ਵੈਸੇ ਬਲੱਡ ਵਰਕ, ਆਇਰਨ ਲੈਵਲ, ਬੀਟਾ ਲੈਵਲ, ਜਨਰਲ ਇਮਿਊਨ ਸਿਸਟਮ ਹੈਲਥ ਕਿੱਦਾਂ ਦੀ ਆ, ਜੇ ਉਹ ਸਾਰਾ ਕੁਛ ਚੰਗਾ ਹੋਵੇ ਤਾਂ ਨੋਰਮਲੀ ਬਾਡੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗਾ ਐਡਜਸਟ ਕਰ ਜਾਂਦੀ ਹੈ। ਪਰ ਕਿਤੇ ਵੀ ਜਦੋਂ ਆਪਾਂ ਥੋੜ੍ਹਾ ਬਹੁਤ ਵੀ ਕੰਪਰੋਮਾਈਜ਼ ਹੁੰਦੇ ਹਾਂ, ਵੀਕ ਹੁੰਦੇ ਹਾਂ, ਤਾਂ ਫਿਰ ਇਹ ਚੇਂਜਸ ਜਿਹੜੇ ਆ ਮੇਰਾ ਸਿਸਟਮ ਨਹੀਂ ਐਕਸੈਪਟ ਕਰਦਾ, ਜਿਸ ਨਾਲ ਫਿਰ ਸਾਨੂੰ ਇਹ ਐਡਵਰਸ ਇਫੈਕਟ ਆਉਂਦੇ ਹੈਗੇ ਨੇ। ਸੋ ਐਜ਼ ਯੂ ਐਸਕ ਕਿ ਕੀ ਇਹਨਾਂ ਨੂੰ ਅਵੋਇਡ ਕੀਤਾ ਜਾ ਸਕਦਾ, ਯੈਸ, ਬਿਫੋਰ ਪ੍ਰੈਗਨੈਂਸੀ ਜੇ ਤੁਹਾਡੀ ਜਨਰਲ ਹੈਲਥ ਜਿਹੜੀ ਆ ਉਹ ਵੈਲਬੀਂਗ ਜਿਹੜਾ ਤੁਸੀਂ ਆਪਣਾ ਚੈੱਕ ਰੱਖਦੇ ਹੋ, ਪ੍ਰੋਪਰ ਡਾਇਟ ਰੱਖਦੇ ਹੋ, ਮਲਟੀਵਾਈਟਮਿਨਸ ਲੈਂਦੇ ਹੋ, ਅੱਛੀ ਖੁਰਾਕ ਰੱਖਦੇ ਹੋ, ਫਾਸਟ ਫੂਡਸ ਨਹੀਂ ਰੱਖਦੇ, ਫਰੂਟਸ ਐਂਡ ਵੈਜੀਟੇਬਲਸ ਤੁਹਾਡੇ ਚੰਗੇ ਖੁਰਾਕ ਦੇ ਵਿੱਚ ਹੈਗੇ ਨੇ, ਤੁਹਾਡੀ ਓਵਰਆਲ ਹੈਲਥ ਜੇ ਚੰਗੀ ਹੋਏਗੀ ਤਾਂ ਫਿਰ ਇਹ ਚੀਜ਼ਾਂ ਅਵੋਇਡ ਵੀ ਕੀਤੀਆਂ ਜਾ ਸਕਦੀਆਂ। ਇੱਕ ਆਮ ਤੌਰ 'ਤੇ ਜਿਹੜੀਆਂ ਆਪਣੀ ਜਨਰਲ ਬਿਮਾਰੀਆਂ ਹੁੰਦੀਆਂ ਨੇ ਕਿ ਜਦੋਂ ਜੇ ਥੋੜ੍ਹੀ ਬਹੁਤੀ ਠੰਡ ਹੋ ਗਈ ਅਤੇ ਸਾਨੂੰ ਨਜ਼ਰਾਂ ਜ਼ੁਕਾਮ ਜਾਂ ਫਿਰ ਆਲੇ ਦੁਆਲੇ ਕੁਝ ਇੱਕ ਜਿਹੜੇ ਨੇ ਇਨਫੈਕਸ਼ਨ ਜਿਹੜੇ ਨੇ ਉਹ ਆਮ ਹੋ ਜਾਂਦੇ ਨੇ, ਤੰਦਰੁਸਤ ਨੋਰਮਲ ਬੰਦੇ ਨੂੰ ਵੀ ਹੋ ਜਾਂਦੇ ਨੇ, ਪ੍ਰੈਗਨੈਂਸੀ ਦੇ ਦੌਰਾਨ ਜਦੋਂ ਇਹ ਹੁੰਦੇ ਨੇ ਅਤੇ ਆਮ ਤੌਰ 'ਤੇ ਆਪਾਂ ਡਾਕਟਰ ਦੇ ਜਾਂਦੇ ਹਾਂ, ਦਵਾਈਆਂ ਖਾ ਲੈਂਦੇ, ਉਸ ਵੇਲੇ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਦਵਾਈ ਤੁਸੀਂ ਖਾਣੀ ਨਹੀਂ, ਕਿਉਂਕਿ ਸਿੱਧਾ ਇਫੈਕਟ ਜਿਹੜਾ ਉਹ ਬੇਬੀ 'ਤੇ ਹੁੰਦਾ, ਬੱਚੇ 'ਤੇ ਹੁੰਦਾ, ਉਹਨਾਂ ਹਾਲਤਾਂ 'ਚ ਕੀ ਕੀਤਾ ਜਾਵੇ? ਉਸ ਵੇਲੇ ਤੁਹਾਨੂੰ ਹਮੇਸ਼ਾ ਨੈਚੁਰਲ ਮੋਡ ਆਫ ਟ੍ਰੀਟਮੈਂਟਸ ਵਾਸਤੇ ਅਡਾਪਟ ਕਰਨਾ ਚਾਹੀਦਾ ਹੈਗਾ। ਯੈਸ, ਡਿਊਰਿੰਗ ਪ੍ਰੈਗਨੈਂਸੀ ਕੋਈ ਵੀ ਸਟਰੋਂਗ ਮੈਡੀਕੇਸ਼ਨਸ, ਈਵਨ ਐਡਵਿਲ, ਟਾਇਨੋਲ ਵੀ ਜਿਹੜੀਆਂ ਉਹ ਨਹੀਂ ਸੁਜੈਸਟ ਕੀਤੀਆਂ ਜਾਂਦੀਆਂ, ਕਿਉਂਕਿ ਕਈ ਵਾਰੀ ਦੇਰ ਆਰ ਐਡਵਰਸ ਰਿਐਕਸ਼ਨਸ ਟੂ ਦੀਜ਼ ਮੈਡੀਕੇਸ਼ਨਸ, ਇਹ ਸਟਰੋਂਗ ਹੁੰਦੀਆਂ ਹੈਗੀਆਂ ਫੋਰ ਚਾਈਲਡ ਐਜ਼ ਵੈਲ, ਅਤੇ ਇਹ ਪਲਸੈਂਟਾ ਨੂੰ ਕ੍ਰੋਸ ਵੀ ਕਰਦੀਆਂ। ਕਈ ਵਾਰੀ ਹੁੰਦਾ ਕਿ ਕੋਈ ਹੋਰ ਚਾਰਾ ਨਹੀਂ ਤਾਂ ਮਰੀਜ਼ ਕਹਿੰਦਾ ਵੀ ਮੇਰਾ ਇੰਨਾ ਕੁ ਸਿਰ ਦੁਖਦਾ, ਮੈਂ ਬਰਦਾਸ਼ਤ ਹੀ ਨਹੀਂ ਕਰਦੀ, ਬਟ ਸਟਿਲ ਦੇਰ ਆਰ ਸੋ ਮੈਨੀ ਥਿੰਗਸ ਦੈਟ ਯੂ ਕੁਡ ਸਟਿਲ ਡੂ, ਨੈਚੁਰਪੈਥੀ, ਹੋਮਿਓਪੈਥੀ। ਹੋਮਿਓਪੈਥੀ ਇਜ਼ ਅ ਸੇਫੈਸਟ ਮੋਡ ਆਫ ਟ੍ਰੀਟਮੈਂਟ ਸਾਡੇ ਕੋਲ ਪ੍ਰੈਗਨੈਂਟ ਵੂਮੈਨਸ, ਜਾਂ ਫਿਰ ਇੱਕ ਦੋ ਦਿਨ ਦਾ ਬੱਚਾ ਹੋਵੇ ਵਿਦ ਵੋਮਿਟਿੰਗ ਐਂਡ ਅਦਰ ਹੈਲਥ ਇਸ਼ੂਜ਼, ਜਾਂ ਫਿਰ ਬਜ਼ੁਰਗ, ਕਿਸੇ ਵੀ ਏਜ ਗਰੁੱਪ ਦੇ ਅੰਦਰ ਤੁਸੀਂ ਇਸ ਨੂੰ ਦੇ ਸਕਦੇ ਹੋ ਸੇਫਲੀ ਵਿਦਆਊਟ ਐਨੀ ਸਾਈਡ ਇਫੈਕਟਸ। ਸੋ ਵਿਚ ਮੀਨਸ ਤੁਹਾਨੂੰ ਸਫ਼ਰ ਕਰਨ ਦੀ ਜ਼ਰੂਰਤ ਨਹੀਂ। ਇੱਕ ਬੜੀ ਕਾਮਨ, ਆਈ ਵੁੱਡ ਸੇ ਦੋ ਕਾਮਨ ਹੈਲਥ ਇਸ਼ੂਜ਼ ਜਿਹੜੇ ਕਿ ਫੀਮੇਲ ਬਹੁਤ ਜ਼ਿਆਦਾ ਗ੍ਰਸਤ ਹੁੰਦੀਆਂ ਹੈਗੀਆਂ ਇਹਨਾਂ ਨਾਲ, ਅਤੇ ਉਹਨਾਂ ਨੂੰ ਦਵਾਈ ਦੀ ਜ਼ਰੂਰਤ ਹੁੰਦੀ ਹੈ, ਅਤੇ ਉਹ ਐਲੋਪੈਥੀ ਮੈਡੀਕੇਸ਼ਨ ਨਹੀਂ ਲੈ ਸਕਦੀਆਂ। ਐਂਡ ਦੋਜ਼ ਆਰ, ਵਨ ਇਜ਼ ਦ ਕਫ, ਜਦੋਂ ਮਰੀਜ਼ ਨੂੰ ਖਾਂਸੀ ਲੱਗ ਜਾਏ, ਚੈਸਟ ਕੰਜੈਸ਼ਨ ਹੋ ਜਾਏ, ਤਾਂ ਫੀਮੇਲ ਵਾਸਤੇ ਬੜਾ ਔਖਾ ਹੋ ਜਾਂਦਾ ਜੇ ਸੈਕਿੰਡ ਜਾਂ ਥਰਡ ਟ੍ਰਿਮੈਸਟਰ 'ਚ ਇੱਦਾਂ ਹੋਵੇ। ਕਿਉਂ? ਕਿਉਂਕਿ ਆਲਰੇਡੀ ਜਿਹੜਾ ਤੁਹਾਡਾ ਯੂਟਰਸ ਹੈ ਕਾਫੀ ਵੱਡਾ ਹੈਗਾ ਸਾਈਜ਼ ਦੇ ਵਿੱਚ, ਬੱਚੇ ਦੀ ਗਰੋਥ ਆਲਰੇਡੀ ਹੈਗੀ ਆ, ਹੁਣ ਜਦੋਂ ਤੁਸੀਂ ਕਫ ਕਰਦੇ ਹੋ ਡਾਇਫਰਾਮ ਜਿਹੜਾ ਉਹ ਥੱਲੇ ਨੂੰ ਜਿਹੜਾ ਪੁਸ਼ ਹੁੰਦਾ, ਐਂਡ ਦੈਨ ਤੁਹਾਨੂੰ ਪ੍ਰੈਸ਼ਰ ਮਹਿਸੂਸ ਹੁੰਦਾ ਐਟ ਦ ਲੋਅਰ ਪੈਲਵਿਕ ਮਸਲਸ ਟੂ ਅਪਰ ਮਸਲਸ ਐਜ਼ ਵੈਲ, ਚੈਸਟ ਮਸਲ, ਤਾਂ
फीमेल की पूरी जी चेस्ट कैविटी तो एबडामिनल कैविटी पैलविक जो हिस्सा सारे का सारा जो सोर हो जाता है दर्द कर लगता है नाल दी नाल दे हैव अदर डिसकंफर्ट्स लाइक यूरिन लीकेज ते होर सारे कॉम्प्लिकेशन आने लगते हैं सो इन हालातों के होम्योपैथी यूज़ कर सकते हो जिहड़ी कि सेफली तुहानू उस खांसी सर्दी जुकाम चो बाहर कढ़ सकती है दूसरा हैगियां ने लोअर बैक पेन एक्सेसिव मस्कुलर स्ट्रैचिंग करके जी फीमेल दियां जिहड़ियां ने पैल्विक दियां मसल्स काफ़ी स्ट्रैच होंदियां हैगियां ड्यूरिंग प्रैगनेंसी तो उस दे नाल तुहाडियां पैल्विक सारे मसल जिहड़े ने सोर हो जाते हैं उस वास्ते भी तुसी मेडिकेशंस अलोंग विद दैट कायरोप्रैक्टिक केयर साडे क्लिनिक दे विच डॉक्टर जैसलीन शी इज़ प्रोफेशनली ट्रेन्ड टू मनूवर दीज मसल्स ईवन ए रैक्टम दे विच जिहदे कहिंदे स्टूल वाली जगह दे विच भी हाथ पा के कई मसल्स नूं जिहड़ा उह स्ट्रैच करना पैंदा हैगा शी इज़ ट्रेन्ड फॉर दैट नॉट एवरी जिहड़ा कायरोप्रैक्टर उह इह कर सकदा हैगा तीसरा हैगा कि फीमेल प्रैक्टिशनर है सो फ्रीली जिहड़ा है तुहाडी बॉडी दे नाल उह कम कर सकदे हैगे ने एंड शी नोज शी इज एज आई सैड शी इज़ ट्रेन्ड कि जे तुहानू मस्कुलर टेंशन या फिर मसल स्पाजम्स लोअर बैक पेन हिप पेन या फिर थाई पेन कुछ भी हैगा इन्हां सारियां चीज़ां दे विच ये दोवें चीज़ां होम्योपैथी ते कायरोप्रैक्टिक केयर जिहड़ी है तुहाडे लई बहुत ज़्यादा लाभदायक हो सकदी है दोस्तों मेरे कि साडी गलबात तुहानू जरूर चंगी लगी होवेगी सो हुण इक समां ब्रेक दा जी ब्रेक तो बाद साड़ी गलबात जी है इसे ढंग जारी रहेगी तुम कोई सवाल पूछना चाहते हो तो 647-8-56-2516 से गलबात कर सकते हो और यह प्रोग्राम जिम्मे जानते हो जो होम्यो क्लीनिक के सहयोग में थोड़े तक पहुँचता किया जाता है 145 क्लीयरेंस स्ट्रीट यूनिट नंबर 26 पहुँच सकते हो ब्रैम्पटन के एक निकी जी कमर्शियल ब्रेक तो बाद वापस आवेंगे।